ਅੱਜ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵੱਖ ਵੱਖ ਖੇਡਾਂ ਦੇ ਲਈ ਵੱਖ ਵੱਖ ਬੱਚੇ ਜਿਹੜੇ ਨੇ ਉਹ ਹਿੱਸਾ ਲੈਂਦੇ ਨੇ। 5 ਲੱਖ ਤੋਂ ਵੱਧ ਜਿਹੜਾ ਬੱਚਿਆਂ ਦੇ ਹਿੱਸਾ ਲੈਣ ਦੀ ਜਿਹੜੀ ਆ ਉਮੀਦ ਉਹ ਜਤਾਈ ਜਾ ਰਹੀ ਹੈ। ਨਵੰਬਰ ਤੱਕ ਇਹ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ 3 ਜਿਹੜਾ ਉਹ ਚੱਲੇਗਾ। ਇਹਦੇ ਲਈ ਇੱਕ ਵੱਡਾ ਉਪਰਾਲਾ ਹੈ, ਨਸ਼ੇ ਵਰਗੀ ਜਿਹੜਾ ਕੋਹੜ ਹੈ ਉਸਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਲਈ। ਅੱਜ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਵੱਖ ਵੱਖ ਖੇਡਾਂ ਦੇ ਲਈ ਵੱਖ ਵੱਖ ਬੱਚੇ ਜਿਹੜੇ ਨੇ ਉਹ ਹਿੱਸਾ ਲੈਂਦੇ ਨੇ। ਇਸ ਤੋਂ ਪਹਿਲਾਂ 2 ਸੀਜ਼ਨ ਹੋ ਚੁੱਕੇ ਨੇ, ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਅਤੇ ਇਸ ਵਾਰ ਵੀ 5 ਲੱਖ ਤੋਂ ਵੱਧ ਜਿਹੜਾ ਬੱਚਿਆਂ ਦੇ ਹਿੱਸਾ ਲੈਣ ਦੀ ਜਿਹੜੀ ਆ ਉਮੀਦ ਉਹ ਜਤਾਈ ਜਾ ਰਹੀ ਹੈ। 1 ਸਤੰਬਰ ਤੋਂ ਜਿਹੜਾ ਇਹ ਸ਼ੁਰੂ ਹੋਣੀਆਂ ਨੇ ਖੇਡਾਂ, ਜਿਨ੍ਹਾਂ ਦੀ ਇਨੋਗ੍ਰੇਸ਼ਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ। ਦੱਸ ਦਈਏ ਕਿ ਇਸ ਦੇ ਵਿੱਚ ਕਰੀਬ 35 ਦੇ ਕਰੀਬ ਜਿਹੜੀਆਂ ਨੇ ਨਵੀਆਂ ਖੇਡਾਂ ਜਿਹੜੀਆਂ ਨੇ ਉਹ ਐਡ ਕੀਤੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਅੱਜ ਦੀ ਇਨੋਗ੍ਰੇਸ਼ਨ ਜਿਹੜੀ ਉਹ ਕੀਤੀ ਗਈ ਹੈ। ਵੱਖ ਵੱਖ ਤਰੀਕੇ ਦੇ ਨਾਲ ਜਿਹੜਾ ਖਿਡਾਰੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਵੱਖ ਵੱਖ ਗੇਮਾਂ ਦੇ। ਦੱਸ ਦਈਏ ਕਿ 5 ਲੱਖ ਦੇ ਕਰੀਬ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਨਾਲ 9 ਕਰੋੜ ਤੋਂ ਉੱਤੇ ਤੇ ਇਨਾਮੀ ਰਾਸ਼ੀ ਜਿਹੜੀ ਹੈ ਉਹ ਜੇਤੂਆਂ ਨੂੰ ਦਿੱਤੀ ਜਾਵੇਗੀ। ਜੇਕਰ ਗੱਲ ਕਰੀਏ 3 ਸੀਜ਼ਨ ਦੇ ਵਿੱਚ ਬਲਾਕ ਪੱਧਰੀ ਮੁਕਾਬਲੇ 1 ਤੋਂ ਲੈ ਕੇ 10 ਸਤੰਬਰ ਤੱਕ ਚੱਲਣਗੇ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ। ਜਿਹੜੇ ਕਿ ਬਲਾਕ ਪੱਧਰੀ ਮੁਕਾਬਲੇ 'ਚੋਂ ਜਿੱਤ ਕੇ ਆਉਣਗੇ ਉਹਨਾਂ ਦੇ ਵਿੱਚ 15 ਤੋਂ 22 ਜਿਹੜੇ ਨੇ ਸਤੰਬਰ ਤੱਕ ਇਹ ਮੁਕਾਬਲੇ ਹੋਣਗੇ ਜ਼ਿਲ੍ਹਾ ਪੱਧਰੀ। ਉਸ ਵਿੱਚ ਵਿਜੇਤਾ ਰਹਿਣ ਵਾਲਿਆਂ ਦੇ ਸੂਬਾ ਪੱਧਰੀ ਮੁਕਾਬਲੇ ਜਿਹੜੇ ਨੇ ਉਹ 11 ਅਕਤੂਬਰ ਤੋਂ 9 ਨਵੰਬਰ ਤੱਕ ਜਿਹੜੇ ਕੀਤੇ ਜਾਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 2 ਸੀਜ਼ਨ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਭਰਵਾਂ ਜਿਹੜਾ ਉਹ ਹੁੰਗਾਰਾ ਹੈ ਉਹ ਮਿਲਿਆ ਹੈ ਅਤੇ ਇਸ ਵਾਰੀ 3 ਸੀਜ਼ਨ ਦੀ ਸ਼ੁਰੂਆਤ ਵੱਡੀ ਗਿਣਤੀ ਦੇ ਵਿੱਚ ਖੇਡਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਜਾਂ ਫਿਰ ਖਿਡਾਰੀ ਹੋਣ ਜਾਂ ਫਿਰ ਜਿਹੜੇ ਖੇਡਾਂ ਖੇਡ ਚੁੱਕੇ ਨੇ ਉਹਨਾਂ ਦੇ ਕੋਚ ਸਾਹਿਬਾਨ ਹੋਣ, ਮਾਤਾ ਪਿਤਾ ਹੋਣ, ਜਿਹਨਾਂ ਨੂੰ ਖੇਡਾਂ ਦੇ ਨਾਲ ਪਿਆਰ ਹੈ ਉਹ ਲੋਕ ਇਨੋਗ੍ਰੇਸ਼ਨ ਦੇ ਟਾਈਮ ਇੱਥੇ ਪਹੁੰਚੇ। ਸੰਗਰੂਰ ਦੇ ਵਿੱਚ ਜਿਹੜਾ ਹੈ ਖੇਡਾਂ ਵਤਨ ਪੰਜਾਬ ਦੀ ਅੱਜ ਦੇ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਪਹਿਲੇ 2022 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਪਹਿਲੇ ਸੀਜ਼ਨ ਦੇ ਵਿੱਚ 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਦੇ ਵਿੱਚ 9,961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਅਤੇ 2023 ਦੇ ਵਿੱਚ ਦੂਸਰਾ ਸੀਜ਼ਨ ਜਿਹੜਾ ਉਹ ਕੀਤਾ ਗਿਆ, ਜਿਸ ਦੇ ਵਿੱਚ 4.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਅਤੇ ਇਸ ਵਾਰ 9 ਕਰੋੜ ਤੋਂ ਵੱਧ ਰੁਪਏ ਦੀ ਇਨਾਮੀ ਰਾਸ਼ੀ ਜਿਹੜੀ ਉਹ ਜੇਤੂਆਂ ਨੂੰ ਦਿੱਤੀ ਜਾਏਗੀ ਅਤੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 5 ਲੱਖ ਤੋਂ ਵੱਧ ਜਿਹੜੇ ਖਿਡਾਰੀ ਨੇ ਉਹ ਹਿੱਸਾ ਲੈਣਗੇ। ਇਸ ਵਾਰ 1 ਸਤੰਬਰ ਤੋਂ ਇਹ ਸ਼ੁਰੂ ਹੋਣ ਵਾਲੀਆਂ ਨੇ, ਨਵੰਬਰ ਤੱਕ ਇਹ ਖੇਡਾਂ ਵਤਨ ਪੰਜਾਬ ਦੀ ਜਿਹੜਾ ਸੀਜ਼ਨ 3 ਜਿਹੜਾ ਉਹ ਚੱਲੇਗਾ ਅਤੇ ਇਸ ਦੇ ਵਿੱਚ ਵਿਜੇਤਾ ਖਿਡਾਰੀਆਂ ਨੂੰ 9 ਕਰੋੜ ਤੋਂ ਵੱਧ ਦੀ ਇਨਾਮੀ ਰਾਸ਼ੀ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਉਹ ਦਿੱਤੀ ਜਾਏਗੀ। ਤਾਂ ਕਿਤੇ ਨਾ ਇੱਕ ਵੱਡਾ ਉਪਰਾਲਾ ਹੈ, ਨਸ਼ੇ ਵਰਗੀ ਜਿਹੜਾ ਕੋਹੜ ਹੈ ਉਸਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਲਈ, ਨੌਜਵਾਨਾਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ। 3ਰਾ ਸੀਜ਼ਨ ਹੈ, ਉਸ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਜਿਹੜਾ ਉਹ ਵੇਖਣ ਨੂੰ ਮਿਲਿਆ, ਖਿਡਾਰੀਆਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲੇ ਆ। ਖੈਰ ਦੇਖਣਾ ਹੋਏਗਾ ਕਿ ਹੁਣ ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਕਿ ਮੱਲਾਂ ਮਾਰਦੇ ਨੇ।